ਹਾਂਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ਜੀ ਐਸ 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 ਬੀ ਵੱਲੋਂ ਆਏ ਨਵੇਂ ਨੋਟੀਫਿਕੇਸ਼ਨ ਬਾਰੇ ਜਿਹੜਾ ਕਿ ਜੇਲ ਵਾਰਡਨ ਦੀਆਂ ਪੋਸਟਾਂ ਨਾਲ ਸੰਬੰਧਿਤ ਹੈ ਉਸ ਤੋਂ ਪਹਿਲਾਂ ਰਿਕਵੈਸਟ ਆ ਜੀ ਜਿਹੜੇ ਵੀ ਸਟੂਡੈਂਟ ਆ ਭੈਣ ਭਰਾ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਵੋ ਅਤੇ ਬੈਲ ਆਈਕਨ ਨੂੰ ਦਬਾ ਦਵੋ ਤਾਕਿ ਤੁਹਾਨੂੰ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕਣ ਇਸ ਚੈਨਲ ਤੇ ਆਪਾਂ ਪੇਪਰਾਂ ਦੀ ਤਿਆਰੀ ਕਰਵਾਉਂਦੇ ਹਾਂ ਅਤੇ ਜੌਬ ਨੋਟੀਫਿਕੇਸ਼ਨ ਪ੍ਰੋਵਾਈਡ ਕਰਵਾਏ ਜਾਂਦੇ ਹਨ ਅਤੇ ਸਰਕਾਰੀ ਪੇਪਰਾਂ ਦੇ ਨਾਲ ਰਿਲੇਟਡ ਹਰ ਇੱਕ ਨੋਟੀਫਿਕੇਸ਼ਨ ਅਪਡੇਟ ਕਰਵਾਇਆ ਜਾਂਦਾ ਹੈ ਹਾਂਜੀ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਨੋਟੀਫਿਕੇਸ਼ਨ ਬਾਰੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਭਵਨ ਸੈਕਟਰ 68 ਮਹਾਲੀ ਵੱਲੋਂ ਇਹ ਨੋਟੀਫਿਕੇਸ਼ਨ ਦਿੱਤਾ ਗਿਆ ਹੈ ਹਾਂਜੀ ਦਫ਼ਤਰ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਇਸ਼ਤਿਹਾਰ ਨੰਬਰ 8 ਆਫ 2021 ਰਾਹੀਂ ਜੇਲ੍ਹ ਵਾਰਡਨ ਦੀਆਂ ਕੁੱਲ 815 ਅਤੇ ਮੈਟਰਨ ਜੇਲ੍ਹ ਦੀਆਂ ਕੁੱਲ 32 ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਸਨ ਇਹਨਾਂ ਦਾ ਰਿਜ਼ਲਟ ਆ ਗਿਆ ਸੀ ਜੀ 25 11 2021 ਨੂੰ ਇਹਨਾਂ ਦੀ ਵੈੱਬਸਾਈਟ ਤੇ ਪਾਇਆ ਗਿਆ ਸੀ ਇਨਾਂ ਦਾ ਲਿਖਤੀ ਅਤੇ ਸਰੀਰਕ ਟੈਸਟ ਲੈਣ ਤੋਂ ਬਾਅਦ ਜਿਹੜੀ ਇਹਨਾਂ ਨੇ ਲਿਸਟ ਬਣਾਈ ਆ ਬੱਚਿਆਂ ਨੂੰ ਕਾਉਂਸਲਿੰਗ ਲਈ ਬੁਲਾਇਆ ਵਾ ਉਹਨਾਂ ਦੀ ਉਹਨਾਂ ਦੀ ਕਾਉਂਸਲਿੰਗ ਹੋਣੀ ਆ ਜੀ ਤੁਸੀਂ ਦੇਖ ਸਕਦੇ ਹੋ ਮਿਤੀ 18 ਜਨਵਰੀ ਤੋਂ 3 ਫਰਵਰੀ ਤੱਕ ਦਫ਼ਤਰ ਅਧੀਨ ਸੇਵਾਵਾਂ ਚੋਣ ਬੋਰਡ ਸੈਕਟਰ 68 ਮੁਹਾਲੀ ਵਿਖੇ ਹੋਣੀ ਆ ਜੀ ਹੁਣ ਕਾਉਂਸਲਿੰਗ ਲਈ ਧਿਆਨਯੋਗ ਗੱਲਾਂ ਤੁਹਾਡੇ ਲਈ ਕਿਹੜੀਆਂ ਨੇ ਹਾਂਜੀ ਕਾਉਂਸਲਿੰਗ ਤੇ ਹਾਜ਼ਰ ਹੋਣ ਸਮੇ ਤੁਸੀਂ ਜਿਹੜਾ ਇਹਨਾਂ ਨੇ ਪਰਫਾਰਮਾ ਦਿੱਤਾ ਇਹਨੇ ਐਕਚਰ B ਅਤੇ ਸਵੈ ਘੋਸ਼ਣਾ ਪੱਤਰ ਨੇ ਐਕਚਰ C ਹਰ ਪੱਖੋਂ ਮੁਕੰਮਲ ਕਰਕੇ ਲੈ ਕੇ ਜਾਣਾ ਜੀ ਪਰਫਾਰਮਾ ਵੀ ਮੈਂ ਤੁਹਾਨੂੰ ਦਿਖਾ ਦਿੰਨਾ ਵਾ ਇਹ ਸਾਰੇ PDF ਮੈਂ ਆਪਣੇ ਚੈਨੀ ਟੈਲੀਗ੍ਰਾਮ ਚੈਨਲ ਤੇ ਅਪਲੋਡ ਕਰ ਦੂੰਗਾ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਬਾਕੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਇਹਨਾਂ ਦੀ ਸਾਈਡ ਦਾ ਲਿੰਕ ਵੀ ਪ੍ਰੋਵਾਈਡ ਕਰਵਾ ਦੇਵਾਂਗਾ ਹਾਂਜੀ ਕਾਉਂਸਲਿੰਗ ਸਮੇ ਤੁਸੀ ਜੀ origignal document ਲੈ ਕੇ ਜਾਣੇ ਆ document ਕਿਹੜੇ ਕਿਹੜੇ ਆ ਨੋਟ ਕਰ ਲਵੋ ਜਨਮ ਮਿਤੀ ਤੇ 10ਵੀਂ ਪੱਦਰ ਤੇ ਪੰਜਾਬੀ ਪਾਸ ਦੇ ਸਬੂਤ ਵਜੋਂ ਮੈਟ੍ਰਿਕ ਦਾ ਸਰਟੀਫਿਕੇਟ ਵਿਦਿਅਕ ਯੋਗਤਾ ਦੇ ਮੁਕੰਮਲ ਸਰਟੀਫਿਕੇਟ ਡਿਟੇਲ ਮਾਰਕਸ ਕਾਰਡ ਆਨਲਾਈਨ ਅਪਲਾਈ ਕੀਤਾ ਸੀ ਜਦੋਂ ਤੁਸੀ ਐਡਮਿਟ ਕਾਰਡ ਦੀ ਕਾਪੀ ਦੋ ਪਾਸਪੋਰਟ ਸਾਈਜ਼ ਫੋਟੋ ਆ شناختی ثبوت ਵਜੋਂ ਆਧਾਰ ਕਾਰਡ ਜਾਂ ਪੈਨ ਕਾਰਡ ਲੈ ਕੇ ਜਾਣਾ ਹੋਵੇਗਾ। ਹਾਂਜੀ। ਅੱਗੇ ਜੀ ਉਹੀ ਆ ਜਿਹੜੇ ریزਰਵ ਕੈਟਾਗਰੀਆਂ ਵਾਲੇ ਨੇ ਜਾਂ ਜਿਹੜੇ ਵੀ ਆ ਉਹ ਆਪਣੇ ਕੈਟਾਗਰੀ ਦਾ ਸਰਟੀਫਿਕੇਟ ਜ਼ਰੂਰ ਲੈ ਕੇ ਜਾਇਓ ਜੀ। ਹਾਂਜੀ ਆਹ ਲਿਸਟ ਆ ਜੀ ਤੁਸੀਂ ਦੇਖ ਸਕਦੇ ਹੋ। 18 ਜਨਵਰੀ ਤੋਂ ਤੁਹਾਡੀ ਕਾਉਂਸਲਿੰਗ ਸਟਾਰਟ ਹੋ ਜਾਣੀ ਆ ਜੀ। ਆ ਦੇਖੋ ਅ ਜਿਨ੍ਹਾਂ ਦੇ ਮੈਰਿਡ ਜਿਨ੍ਹਾਂ ਦੇ 637 ਜਾਂ ਇਸ ਤੋਂ ਵੱਧ ਨੰਬਰ ਨੇ ਉਹਨਾਂ ਦੀ 18 ਜਨਵਰੀ ਨੂੰ ਆ ਉਸ ਤੋਂ ਬਾਅਦ ਇਹ ਜਲਨ ਵਾਲੀਆਂ ਨੇ ਜੀ ਸਾਰੀਆਂ 567 ਜਾਂ ਇਸ ਤੋਂ ਵੱਧ ਨੰਬਰ ਆ ਉਹਨਾਂ ਦੀ 19 ਜਨਵਰੀ ਨੂੰ ਆ ਉਸ ਤੋਂ ਬਾਅਦ 20 ਜਨਵਰੀ ਨੂੰ 514 ਜਾਂ ਇਸ ਤੋਂ ਵੱਧ ਵਾਲਿਆਂ ਦੀ 485 ਜਾਂ ਇਸ ਤੋਂ ਵੱਧ ਵਾਲਿਆਂ ਦੀ 21 ਜਨਵਰੀ ਨੂੰ ਸੋ ਇਦਾਂ ਹੀ ਜੀ ਸਾਰੀ ਲਿਸਟ ਬਣੀ ਹੋਈ ਆ ਨੀਚੇ categories ਵਾਲੇ ਵੀ ਨੇ ਆ ਦੇਖੋ ਤੁਸੀਂ EWSS SC 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 ਐਂਡ RO ਠੀਕ ਆ ਜੀ ਤੇ ਇਸ ਤੋਂ ਨੀਚੇ ਆ ਦੇਖੋ ਸਾਰੀਆਂ category ਵਾਲੇ ਆ ਆ ਤੁਸੀਂ ਪਰਫਾਰਮਾ ਭਰ ਕੇ ਲੈ ਕੇ ਜਾਣਾ ਹੋਵੇਗਾ ਠੀਕ ਆ ਜੀ ਇੱਥੇ ਤੁਸੀਂ ਆਪਣੀ ਫੋਟੋ ਲਾਉਣੀ ਆ ਇੱਥੇ ਮਿਤੀ ਅਪਲਾਈ ਕੀਤੀ category ਦਾ ਨਾਮ ਤੇ ਕੋਡ ਠੀਕ ਆ ਜੀ ਰੋਲ ਨੰਬਰ ਐਪਲੀਕੇਸ਼ਨ ਫਾਰਮ ਨੰਬਰ ਉਮੀਦਵਾਰ ਦਾ ਨਾਮ ਪਿਤਾ ਦਾ ਨਾਮ ਜਨਮ ਮਿਤੀ ਉਮਰ 10ਵੀਂ ਚ ਪੰਜਾਬੀ ਪੱਕਾ ਪਤਾ ਮੋਬਾਈਲ ਨੰਬਰ ਜਿਹੜਾ ਤੁਹਾਡਾ ਚੱਲਦਾ ਹੋਵੇ ਠੀਕ ਆ ਜੀ ਤੇ ਆ ਇੱਥੇ ਤੁਸੀਂ ਨੀਚੇ ਵਿਦਿਅਕ ਯੋਗਤਾ ਤੁਹਾਡੀ ਜੋ ਵੀ ਆ ਹਨ 10ਵੀਂ 12ਵੀਂ ਗ੍ਰੈਜੂਏਸ਼ਨ ਚੋਂ ਡਿਗਰੀ ਦਾ ਨਾਮ ਬੋਰਡ ਯੂਨੀਵਰਸਿਟੀ ਸਾਲ ਪ੍ਰਾਪਤ ਅੰਕ કુલ ਅੰਕ ਪ੍ਰਤੀਸ਼ਤ ਅੰਕ ਇਹ ਕੱਢ ਲਿਓ ਪਹਿਲਾਂ ਹੀ ਠੀਕ ਆ ਜੀ ਆ ਦਫ਼ਤਰੀ ਵਾਰਤੋਂ ਲਈ ਆ ਆ ਅਗਲਾ ਫਾਰਮ ਆ ਜੀ ਸਵੈ ਘੋਸ਼ਣਾ ਪੱਤਰ ਆ ਜੀ ਇਹ ਇਹ ਵੀ ਤੁਸੀਂ ਆ ਦੇਖੋ ਆਪਣਾ ਨਾਮ ਵਾਸੀ ਪਿਤਾ ਦਾ ਨਾਮ ਅਦੀਨ ਠੀਕ ਆ ਜੀ ਆ نیچے ਉਹ ਹੀ ਕੁਆਲਿਫਿਕੇਸ਼ਨ ਡਿਟੇਲ ਸਾਰੀ 10ਵੀਂ 12ਵੀਂ ਗ੍ਰੈਜੂਏਸ਼ਨ ਦੀ ਫਿਲ ਕਰਨੀ ਆ ਠੀਕ ਆ ਜੀ ਆ ਦੇਖੋ ਇਹਦੇ ਤੇ ਤੁਸੀਂ ਬਸ ਐਂਡ ਤੇ ਆਪਦੇ ਸਾਰਾ ਫਿਲ ਕਰਕੇ ਸਾਈਨ ਕਰ ਲੈਣੇ ਆ ਠੀਕ ਆ ਜੀ ਸੋ ਇਹ ਬੱਚੇ ਜਿਨ੍ਹਾਂ ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਵਾ ਕੋਈ ਵੀ ਕਾਉਂਸਲਿੰਗ ਮਿਸ ਨਾ ਕਰਿਓ ਜੀ ਤੇ ਆਪਦੇ ਫਾਰਮ ਸਹੀ ਤਰੀਕੇ ਨਾਲ ਭਰ ਕੇ ਤੇ ਆਪਣੇ ਸਾਰੇ ਡਾਕੂਮੈਂਟ ਓਰੀਜਨਲ ਲੈ ਕੇ ਜਾਣੇ ਆ ਤੇ ਨਾਲ ਉਹਨਾਂ ਦੀ ਇੱਕ ਇੱਕ ਜਾਂ ਦੋ ਦੋ ਫੋਟੋ ਕਾਪੀਆਂ ਕਰਵਾ ਕੇ ਜ਼ਰੂਰ ਲੈ ਜਿਓ ਆਪਣੀਆਂ ਫੋਟੋਆਂ ਲੈ ਜਿਓ ਆਧਾਰ ਕਾਰਡ ਲੈ ਜਿਓ ਸਾਰਾ ਕੁਝ ਲੈ ਕੇ ਨਾਲ ਫੇਰ ਜਾਇਓ ਜੀ ਪਹਿਲਾਂ ਹੀ ਤਿਆਰ ਕਰਕੇ ਰੱਖ ਲਓ ਸੋ ਇਹ ਨੋਟੀਫਿਕੇਸ਼ਨ ਸੀ ਜੀ ਅੱਜ ਦਾ ਸੋ ਜੇ ਕੋਈ ਹੋਰ ਨੋਟੀਫਿਕੇਸ਼ਨ ਆਉਂਦਾ ਤਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰ ਦਵਾਂਗੇ ਸੋ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਕੋਈ ਹੋਰ ਕਿਸੇ ਹੋਰ ਇਨਫੋਰਮੇਸ਼ਨ ਦੇ ਨਾਲ ਜਿਹੜੇ ਬੱਚਿਆਂ ਨੇ ਹਾਲੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਜਦ ਤੱਕ ਸਤਿ ਸ਼੍ਰੀ ਅਕਾਲ